ਮੈਂ ਉਹਨਾਂ ਨੂੰ ਦੱਸ ਦੇਵਾਂ ਜਿਨ੍ਹਾਂ ਬੰਦਿਆਂ ਹਾਏ ਨਹੀਂ ਕੀਤੀ, ਜੋ ਲਫ਼ਜ਼ ਮਾਰ ਗਿਆ ਹੈ, ਜੋ ਲੁੱਟੀਆਂ ਗਈਆਂ ਅਲੀ ਦੀਆਂ ਦਈਆਂ। ਚਾਚਾ ਉਹਨਾਂ ਬੰਦਿਆਂ ਤੋਂ ਪੁੱਛਦਾ ਜੋ ਲੁੱਟੀ ਹੋਣ ਵਾਲੀਆਂ ਕੋਈ ਆਮ ਆਣ ਇਸ ਇਲਾਕੇ ਦੇ ਗੈਰਤਮੰਦ ਹੋ, ਮੈਨੂੰ ਗੁਲਾਮ ਦੀ ਕਸਮ ਹੈ ਉਹ ਲੁੱਟੀਆਂ ਗਈਆਂ ਜਿਨ੍ਹਾਂ ਦੇ ਭਰਾ ਦਾ ਨਾਂ ਅਬਾਸ ਆਈ। ਵਾਹ ਭਾਈ ਵਾਹ ਵਾਹ। ਨਹੀਂ ਨਹੀਂ, ਮੈਂਬਰ ਦੇ ਵਾਰਸ ਪਿੱਛੇ ਮੌਜੂਦ ਹੈ, ਬਸ ਥੋੜ੍ਹੇ ਜਿਹੇ ਟਾਈਮ ਵਿੱਚ ਸ਼ਹੀਦਾਂ ਦੀ ਕਹਾਣੀ ਦੁੱਖਾਂ ਦੀ ਸੁਣਾਉਣਾ ਚਾਹੁੰਦਾ। ਮਾਤਮੀਆਂ ਵਜ਼ਦਾਰਾਂ ਹੋ, ਮੁਸਲਮਾਨਾਂ ਅਲੀ ਦਿਆਂ ਪੁੱਤਰਾਂ ਚੋਂ ਸਭ ਤੋਂ ਜ਼ਿਆਦਾ ਅਬਾਸ ਨੂੰ ਮਾਰਿਆ ਹੈ। ਕੋਸ਼ਿਸ਼ ਕਰ ਯਾਰ, ਪਿੰਡਾਂ ਜੋ ਆਇਆ ਕਰੋ, ਜੋ ਮੁਕਾਣੀ ਬਣ ਕੇ ਆਇਆ ਤੇ ਦੇ ਮੁਕਾਣ, ਰੁਨਾ ਕਰ ਹੁਸੈਨ ਨੂੰ, ਇਹੋ ਤੇਰਾ ਜ਼ਰੀਆ ਨਿਜਾਤ ਹੈ। ਮੈਂ ਤੇ ਦੁਆ ਮੰਗਦਾ ਰਹਿਣਾ, ਸ਼ਾਲਾ ਹੁਸੈਨ ਨੂੰ ਕਫਨ ਚ ਰੋਵੇ, ਸ਼ਾਲਾ ਹੁਸੈਨ ਨੂੰ ਕਬਰ ਚ ਰੋਵੇ, ਸ਼ਾਲਾ ਹੁਸੈਨ ਦੇ ਸਾਹਮਣੇ ਹੁਸੈਨ ਨੂੰ ਰੋਵੇ। ਆਉਂਦੇ ਸਾਲ ਜਿਹੜਾ ਹੁਸੀ ਉਹ ਰੁਸੀ, ਹਰ ਮਜਲਸ ਨੂੰ ਜ਼ਿੰਦਗੀ ਦੀ ਆਖਰੀ ਮਜਲਸ ਸਮਝ ਕੇ ਸੁਣਿਆ ਕਰ। ਰੋਣ ਵਾਲਿਓ, ਮੁਸਲਮਾਨਾਂ ਅਲੀ ਦਿਆਂ ਪੁੱਤਰਾਂ ਚੋਂ ਸਭ ਤੋਂ ਜ਼ਿਆਦਾ ਅਬਾਸ ਨੂੰ ਮਾਰਿਆ ਹੈ, ਅਲੀ ਦੀਆਂ ਧੀਆਂ ਚੋਂ ਸਭ ਤੋਂ ਜ਼ਿਆਦਾ ਅਲੀ ਦੀ ਵੱਡੀ ਧੀ ਜ਼ੈਨਬ ਨੂੰ ਮਾਰਿਆ ਹੈ। ਜਿਨ੍ਹਾਂ ਹਾਏ ਨਹੀਂ ਕੀਤੀ ਮੈਂ ਵਜ਼ਾਹਤ ਕਰ ਦੇਣਾ, ਉਹ ਮਤਮੀਓ ਵਜ਼ਦਾਰੋ, ਅਬਾਸ ਨੂੰ ਢੇਰ ਕਿਉਂ ਮਾਰਿਆ ਨਾ, ਅਲੀ ਦੀ ਵੱਡੀ ਧੀ ਆਲੀਆਂ ਢੇਰ ਕਿਉਂ ਮਾਰਿਆ ਨਾ। ਮੈਂ ਤੇ ਇੰਜੇ ਉਲਮਾਵਾਂ ਤੋਂ ਸੁਣਿਆ ਹੈ ਜੋ ਅਬਾਸ ਨੂੰ ਇਸ ਵਜ੍ਹਾ ਤੋਂ ਢੇਰ ਮਾਰਿਆ ਨਾ, ਜੋ ਅਬਾਸ ਦੀਆਂ ਸ਼ਕਲਾਂ ਬਾਬੇ ਨਾਲ ਮਿਲਦੀਆਂ। ਇਸ ਇਲਾਕੇ ਵਾਲੇ ਹੋ, ਮੈਨੂੰ ਕੁਰਾਨ ਦੀ ਕਸਮ ਹੈ, ਅਲੀ ਦੀ ਵੱਡੀ ਧੀ ਆਲੀਆ ਹੁਸੈਨ ਨੂੰ ਇਸ ਤੋਂ ਢੇਰ ਮਾਰਿਆ ਨਾ, ਜੋ ਅਲੀ ਦੀ ਧੀ ਦਾ ਲੈ ਜਾ ਪਿਓ ਨਾਲ। ਵਾਹ ਭਾਈ ਵਾਹ, ਵਾਹ ਭਾਈ ਵਾਹ। ਮੁਕਾਣੀ ਬਣ ਕੇ ਜੋ ਆਇਆ ਕੋਸ਼ਿਸ਼ ਤਾਂ ਕਰ ਦੇ, ਪੁਰਸਾ ਅਲੀ ਦੀਆਂ ਲੁੱਟੀਆਂ ਦੀਆਂ। ਮਾਤਮੀਆਂ ਵਜ਼ਦਾਰਾਂ, ਸਾਡੇ ਤੇ ਇਤਰਾਜ਼ ਕਰਦੇ ਜੇ ਤੁਸੀਂ ਮਾਤਮ ਕਰਕੇ ਰੋਂਦੇ ਹੋ। ਆ ਮੈਂ ਤੈਨੂੰ ਮਾਤਮ ਵਾਲੀ ਗੱਲ ਦੱਸਾਂ ਹਾਂ, ਅਸਾਂ ਰੋਈਏ ਆ ਮਾਤਮ ਨਾ ਕਰੀਆ, ਸਿਰਫ ਅਲੀ ਅਕਬਰ ਨੂੰ ਬਰਛੀ ਲੱਗ ਪੈਂਦੀ। ਰੋਣ ਵਾਲਿਓ, ਮਾਤਮ ਨਾ ਕਰੀਏ ਆ ਗਾਜ਼ੀ ਦੇ ਬਾਜ਼ੂ ਕਲਮ ਹੋ ਪੈਂਦੇ, ਮਾਤਮ ਨਾ ਕਰੀਆ ਅਲੀ ਅਸਗਰ ਨੂੰ ਤਰਾਏ ਫੱਲਾ ਤੀਰ ਲੱਗ ਪੈਂਦਾ, ਮਾਤਮ ਨਾ ਕਰੀਏ ਆ ਜੋ ਹੁਸੈਨ ਤੇਰਾ ਜ਼ਰਬਾ ਨਾਲ ਗੁੱਸ ਪੈਂਦਾ। ਮਾਤਮ ਕਰਨ ਵਾਲੀ ਇਹੋ ਗੱਲ ਹੈ ਜੋ ਅਲੀ ਦੀ ਧੀ ਤੇ ਬਾਜ਼ਾਰ ਕੋਈ ਜੋੜ ਹੈ। ਵਾਹ ਭਾਈ ਵਾਹ, ਵਾਹ ਭਾਈ ਵਾਹ। ਅਲੀ ਦੀ ਧੀ ਤੇ ਬਾਜ਼ਾਰ ਕੋਈ ਜੋੜ ਆਈ, ਵੱਡੀ ਪਰਦੇਦਾਰ ਆਈ, ਨਾਨੇ ਦੇ ਰੋਜ਼ੇ ਤੇ ਅੱਧ ਰਾਤ। ਵਾਹ ਬਈ ਵਾਹ, ਇੰਜੇ ਹਾਕੇ ਗਰੀਬਾਂ ਦੇ ਗਮ ਚਲਾਉਣ ਦਾ। ਉਹ ਮਾਤਮੀਆਂ ਵਜ਼ਦਾਰੋ, ਸ਼ਾਮ ਦੇ ਬਾਜ਼ਾਰ ਵਿੱਚ ਜਿਹੜੇ ਸ਼ਾਮ ਦੇ ਜ਼ਹਿਰ ਬੈਠੇ ਹੋ ਉਹ ਇਸ ਗੱਲ ਦੀ ਗਵਾਹੀ ਦੇ ਸਨ। ਸ਼ਾਮ ਦੇ ਬਾਜ਼ਾਰ ਵਿੱਚ ਚਾਚਾ ਇੱਕ ਬਾਜ਼ਾਰ ਹੈ, ਜਿਸ ਬਾਜ਼ਾਰ ਦਾ ਨਾਂ ਹੈ ਬਾਜ਼ਾਰੇ ਹਮੀਦੀਆ। ਮੈਂ ਕੋਈ ਤਮੀਦ ਨਹੀਂ ਬੱਧੀ, ਮੈਂ ਉਹਦੇ ਅਮਾ ਸਾਹਿਬ ਸ਼ੁਰੂ ਕਰ ਦਿੱਤਾ ਹੈ। ਜਿਸ ਬਾਜ਼ਾਰ ਦਾ ਨਾਂ ਹੈ ਬਾਜ਼ਾਰੇ ਹਮੀਦੀਆ, ਜਿੱਥਾਂ ਸੁਲਤਾਨ ਸਲਾਹਉਦੀਨ ਅਯੂਬੀ ਦੀ ਪੱਥਰ ਦੀ ਤਸਵੀਰ ਲੱਗੀ ਹੋਈ ਹੈ ਚਾਚਾ, ਉਸ ਤਸਵੀਰ ਤੋਂ ਲੈ ਕੇ ਦਰਵਾਜ਼ਾ ਸਾਧ ਤੱਕ ਜਿਹੜਾ ਸਫ਼ਰ ਹੈ ਨਾ, ਉਹ ਮਰਦ ਦੇ 5 ਮਿੰਟ ਲੱਗਦੇ, ਮਸਤੂਰ ਦੇ 7 ਮਿੰਟ ਲੱਗਦੇ। ਲਾਇਆ ਕੁਰਾਨ ਮੈਂ ਸਿਰ ਤੇ ਰੱਖ ਕੇ, ਕਸਮ ਚਾ ਕੇ ਆਦਾ ਪਿਆ, ਅਸਾਂ ਧੀਆਂ ਭੈਣਾਂ ਨਾਲ ਰਲਾ ਕੇ ਗਲੀਆਂ ਬਾਜ਼ਾਰਾਂ ਚ ਮਾਤਮ ਕਰਕੇ ਤਾਂ ਵਧੇ ਰੋਂਦੇ ਆ, ਜੋ ਇਸ 7 ਮਿੰਟ ਦੇ ਸਫ਼ਰ ਚ ਅਲੀ ਦੀ ਧੀ ਤਰੇ ਦੇ ਸੂਰਜ ਚੜ ਲਈ ਨਿਠਾ। ਵਾਹ ਭਾਈ ਵਾਹ, ਵਾਹ ਭਾਈ ਵਾਹ। ਇਹ ਮੁਕਾਣੀ ਮੇਰੇ ਮੌਲਾ ਦੇ ਤਰੇ ਦੇ ਸੂਰਜ ਲਾਂਦਾ ਨਿਠਾ ਹੈ। ਇਸੇ ਬਾਜ਼ਾਰ ਦਾ ਵਹਿਣੇ ਮੈਂ ਜਿਹੜਾ ਪੜ੍ਹਨਾ ਚਾਹੁੰਦਾ, ਹਾਂਜੋ ਸਿਆਉਣਾ ਹੈ ਜਿਸ ਹੰਝ ਤੇ ਅਲੀ ਦੀ ਧੀ ਦੀ ਮੋਹਰ ਲੱਗੀ ਹੋਈ ਹੈ। ਸੱਚ ਆ ਤੇ ਮੈਂ ਤੁਹਾਡੇ, ਮੈਂ ਬਿਸਮਿਲਾ ਕਰਾਂ। ਜਿੱਥੇ ਜਿਹੜਾ ਆਇਆ ਮੁਕਾਣੀ ਬਣ ਕੇ, ਜਿਸ ਬੰਦੇ ਨੂੰ ਬਾਜ਼ਾਰ ਤੋਂ ਰੋਣ ਨਹੀਂ ਆਉਂਦਾ, ਅੱਖੀ ਜਿਗੀਆਂ ਕਰਕੇ ਬਤੂਰ ਤੋਂ ਮਾਫੀ ਮੰਗੇ, ਜੋ ਮੇਰੀ ਸਹਿਣ ਰੱਖ ਕਰ ਮੌਲਾ ਦਾ, ਤੇਰੀਆਂ ਲੁੱਟੀਆਂ ਨਹੀਂ ਦਾ ਬਾਜ਼ਾਰ ਪੜਦਾ ਰਿਹਾ ਹੈ, ਮੈਨੂੰ ਰੋਣ ਨਹੀਂ ਆਇਆ। ਚਾਚਾ ਇਸ ਵਹਿਣ ਦੀ ਦੂਜੀ ਸੱਤਰ ਤੇਰੀ ਸਮਝ ਚ ਆ ਗਈ, ਗਲੀਆਂ ਚਰੋਸੇ ਬਾਜ਼ਾਰਾਂ ਚਰੋਸੇ, ਜਿੱਥੇ ਯਾਦ ਅਸੀਂ ਆਰੋਸੇ ਵੱਧ ਪਿਆ ਦਾਨ, ਜਿੱਥੇ ਸਾਨੇ ਰੋਣ ਵਾਲੇ ਓ ਤੂੰ ਜਾ ਤੇ ਖੜ ਕੇ
दुकान पे दे दे जी बाबा मेरी नौकरी जो है मैं हजार दफा मैं लाख दफा चाचा वत ब्याजा जिथे एक लाजा नहीं खार सकदा जे कोई वैरत मांगी नशाने रोए दी के ही गले उजाते खड़ के शैन मेरी सुनी पंधरा जी बाबा मेरी नौकरी है मैं हजार दफा मैं लाख दफा लत पिया जान जिथे एक राजा नहीं खड़ सकदा जे कोई वैरत मंद इंसाने जिथे लोग शराब पीते हैं इमाम ने यह मंजर डिठा है बर्दाश्त नहीं कर सका भज पिया बाकर दा बाबा जख्मी फूफी को लाया फूफी ने गल छपाई छपाइया शहर बड़ी सोनी मंजर कशी की तुम्हें पिया हाथ चूम के जख्मी अमड़ी दे जे आखे बेदनी रुहा के बदमाश खड़े जी बाबा मेरी नौकरी जो है हजार लत ब्याजा हाथ चूम के जख्मी फूफी ने आखे आ बेदनी रुहा